ਹੈਲੋ ਹਾਂਜੀ ਹਾਂਜੀ ਕਿੰਨੇ ਗਾਣੇ? ਅੱਠ ਕਿ ਨੌ? ਹਾਂ ਠੀਕ ਹੈ ਜੀ, ਹੋ ਜਾਣਗੇ ਜੀ। ਬਾਲੀਵੁੱਡ ਅਤੇ ਬਾਲੀਵੁੱਡ ਸੁਪਰਸਟਾਰ ਸਰਦਾਰ ਦਿਲਜੀਤ ਸਿੰਘ ਦੋਸਾਂਝ, ਜਿਨ੍ਹਾਂ ਦੀਆਂ ਫਿਲਮਾਂ ਹੋਣ ਜਾਂ ਗਾਣੇ ਲੋਕੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ। ਔਰ ਦਿਲਜੀਤ ਅੱਜ ਕੱਲ੍ਹ ਬਿਜ਼ੀ ਨੇ ਆਪਣੇ ਆਉਣ ਵਾਲੇ ਗਾਣੇ ਨੂੰ ਲੈ ਕੇ, ਜਿਸ ਦਾ ਟਾਈਟਲ ਹੈ ਪੁੱਤ ਜੱਟ ਦਾ। ਔਰ ਇਸ ਤੋਂ ਇਲਾਵਾ ਹੁਣ ਦਿਲਜੀਤ ਦੋਸਾਂਝ ਐਕਸਾਈਟਿਡ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੇ ਕਰਕੇ। ਅਸੀਂ ਤੁਹਾਨੂੰ ਦੱਸ ਦਈਏ, ਦਿਲਜੀਤ ਦੋਸਾਂਝ ਨੇ ਆਪਣੀ ਸਨੈਪਚੈਟ 'ਤੇ ਇੱਕ ਵੀਡੀਓ ਅਪਲੋਡ ਕੀਤਾ, ਜਿਸ ਦੀ ਕੈਪਸ਼ਨ ਹੈ, ਗਾਣੇ ਅਤੇ ਫਿਲਮਾਂ ਦਾ ਆਰਡਰ ਆ ਚੁੱਕਿਆ, ਡੋਂਟ ਯੂ ਵਰੀ, ਕੰਮ ਇੱਥੇ ਤਸੱਲੀ ਬਖਸ਼ ਕੀਤਾ ਜਾਂਦਾ। ਔਰ ਇਸ ਵੀਡੀਓ ਦੇ ਵਿੱਚ ਬਹੁਤ ਹੀ ਫਨੀ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਸਰਦਾਰ ਦਿਲਜੀਤ ਦੋਸਾਂਝ। ਸੋ ਤੁਸੀਂ ਵੀ ਦੇਖੋ ਉਹ ਸਨੈਪਚੈਟ ਵੀਡੀਓ। Yes, yes, guys, how are you doing? You good? Okay, wait for that. Hello? Haji? Haji, kinne gaane? Aath ke nau? Nau? Haan, theek hai ji. Ho jaange ji? Haan ji, haan ji, jaldi aa jaange. Okay, okay, bhai. Sorry, phone. Phone aa gaya. Phone hi bahut aa raha hai. Hello, Haji? Film? Kinni hai? ਇੱਕ ਕਿ ਦੋ? ਅੱਛਾ, ਇੱਕ ਪੰਜਾਬੀ, ਇੱਕ ਹਿੰਦੀ। ਹਾਂ ਠੀਕ ਹੈ ਜੀ, ਹੋ ਜਾਊਗੀ ਉਹ ਵੀ। ਹਾਂਜੀ 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 ਹਾਂਜੀ, ਬਸ ਪਹੁੰਚ ਗਏ, ਕਰ ਦਿੰਦੇ ਜੀ। ਓਕੇ ਬਾਏ। ਹਾਂਜੀ ਹਾਂਜੀ ਹਾਂਜੀ, ਤੁਹਾਡੇ ਤੋਂ ਪਹਿਲਾਂ ਗਾਣੇ ਦਾ ਵੀ ਆਰਡਰ ਆਇਆ ਜੀ। ਹਾਂਜੀ ਹੋ ਜਾਊਗਾ ਜੀ ਕੰਮ। ਓਕੇ, ਟਾਟਾ ਬਾਏ। ਖਰਚਾ ਫੋਨ ਹੀ ਟਿਕ ਰਿਹਾ, ਟਿਕ ਗਿਆ। ਸੋ ਅੱਜ ਦਾ ਦਿਨ ਬਹੁਤ ਬਿਜ਼ੀ ਹੈ ਮੇਰਾ। ਸੋ ਮੈਂ ਹੈਲੋ, ਹਾਂਜੀ ਹਾਂਜੀ ਸਰ, ਥੋੜ੍ਹਾ ਛੇਤੀ ਦੱਸੋ, ਮੈਂ ਨਾ ਸਨੈਪਚੈਟ। ਹਾਂਜੀ ਉਹ ਸਰ, ਗਾਣੇ ਹੈ, ਫਿਲਮ ਹੈ, ਪੀਜ਼ਾ ਲਈ ਅੱਧੇ ਘੰਟੇ ਚੱਲ ਜਾਊਗਾ। ਹਾਂਜੀ ਸਰ, ਕੰਮ ਚੱਲ ਰਿਹਾ ਕੋਈ ਨਹੀਂ। ਹਾਂ, ਪੂਰਾ ਤਸੱਲੀ ਬਖਸ਼ ਮਾਰਿਆ, ਤਸੱਲੀ ਕਰ ਰਹੇ ਗੱਲ। ਓਕੇ ਸਰ, ਤਸੱਲੀ ਹੈ ਜੀ ਹੁਣ। ਚਲੋ ਠੀਕ ਹੈ ਯਾਰ, ਮੇਰੇ ਨਾਲ ਇੰਨਾ ਤੱਕਾ ਨਾ ਕਰਿਆ ਯਾਰ। ਓਕੇ ਬਾਏ ਬਾਏ, ਥੈਂਕ ਯੂ ਸਰ। ਨਹੀਂ, ਪੂਰਾ ਰਿਕਾਰਡ ਹੈ ਮਹਾਰਾਜ, ਪੂਰਾ ਰਿਕਾਰਡ। ਬਾਏ ਬਾਏ। ਫਿਲਹਾਲ ਕਮੈਂਟ ਕਰਕੇ ਦੱਸੋ ਤੁਹਾਨੂੰ ਦਿਲਜੀਤ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਕਿੰਨੀ ਕੁ ਉਡੀਕ ਹੈ।